ਪ੍ਰਧਾਨ ਸਾਹਿਬ ਕੀ ਕੁਛ ਗੱਲਬਾਤ ਪ੍ਰਧਾਨ ਸਾਹਿਬ ਦੇ ਨਾਲ ਹੋਈ ਹੈ, ਕਿਉਂਕਿ ਇੱਕ ਪਾਸੇ ਤਾਂ ਅਸਤੀਫੇ ਦੀ ਪੇਸ਼ਕਸ਼ ਦੇ ਲਈ ਲੰਬੀ ਚੌੜੀ ਫਹਿਰਿਸਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ? ਦੇਖੋ, ਜਿਹੜੇ ਆਗੂ ਸਾਹਿਬਾਨ ਅਸਤੀਫਾ ਮੰਗ ਰਹੇ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਸੀਂ ਇੱਕ ਗੱਲ ਦੱਸੋ ਵੀ 100 ਦੇ ਵਿੱਚੋਂ ਜਾਂ 500 ਦੇ ਵਿੱਚੋਂ 496 ਤਾਂ ਕਹਿਣ ਕਿ ਪ੍ਰਧਾਨ ਸਾਹਿਬ ਤੁਸੀਂ ਅਗਵਾਈ ਕਰਨੀ ਹੈ। ਪ੍ਰਧਾਨ ਸਾਹਿਬ ਨੇ ਅੱਜ ਯੂਥ ਨੂੰ ਵੀ ਕਿਹਾ ਕਿ ਯਾਰ ਜੇ ਕੋਈ ਤਬਦੀਲੀ ਕਰਨੀ ਹੈ, ਜੇ ਕੋਈ ਬਦਲਾਅ ਕਰਨਾ ਹੈ, ਮੈਂ ਤਿਆਰ ਹਾਂ, ਮੈਨੂੰ ਕੋਈ ਸਮੱਸਿਆ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਅਸਤੀਫਾ ਦੇਣਾ ਤਾਂ ਦੱਸੋ, ਮੈਂ ਦੇਣ ਨੂੰ ਤਿਆਰ ਹਾਂ। ਬਿਲਕੁਲ, ਪਰ ਸਾਰਾ ਯੂਥ ਵਿੰਗ ਸੀ ਇਹ, ਅੱਜ ਤਾਂ ਸਾਰੇ ਨੌਜਵਾਨ ਉਹ ਸੀ ਜਿਨ੍ਹਾਂ ਨੇ, ਮੈਂ ਸਮਝਦਾ ਕਿ ਸਰਕਾਰਾਂ ਦੇ ਆਨੰਦ ਵੀ ਨਹੀਂ ਮਾਣੇ, ਉਹ ਨੌਜਵਾਨ ਸੀਗੇ ਸਾਰੇ ਜਿਹੜੇ, ਮਤਲਬ ਮੈਂ ਸਮਝਦਾ ਕਿ ਪਿਛਲੇ 10-15 ਸਾਲ ਦੇ ਵਿੱਚ ਆ ਯੂਥ ਦੀ ਭਰਤੀ ਰਾਹੀਂ ਨਵੇਂ ਅਹੁਦੇਦਾਰ ਚੁਣ ਕੇ ਆਏ, ਉਹਨਾਂ ਨੇ ਇੱਕ ਮੁੱਠ ਹੋ ਕੇ ਇਹ ਗੱਲ ਕਹੀ, ਇੱਕ ਵੀ ਨੌਜਵਾਨ ਨੇ ਅੰਦਰ ਇਹ ਆਵਾਜ਼ ਨਹੀਂ ਚੱਕੀ, ਹਾਲਾਂਕਿ ਹਾਲ ਭਰਿਆ ਹੋਇਆ ਸੀ ਪੂਰਾ, ਇੱਕ ਵੀ ਨੌਜਵਾਨ ਨੇ ਆਵਾਜ਼ ਨਹੀਂ ਚੁੱਕੀ ਕਿ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਤੁਹਾਨੂੰ ਪਾਸੇ ਹੋਣਾ ਚਾਹੀਦਾ। ਸਗੋਂ ਰੋਸ ਪ੍ਰਗਟ ਕਰ ਰਹੇ ਸੀ ਕਿ ਤੁਸੀਂ ਜਿਹੜੇ ਇਹ ਬੁੱਕਲ ਦੇ ਸੱਪ ਬਾਰ ਬਾਰ ਡੰਗ ਮਾਰਦੇ ਨੇ, ਤੁਸੀਂ ਇਹਨਾਂ ਦੇ ਐਕਸ਼ਨ ਕਿਉਂ ਨਹੀਂ ਲੈਂਦੇ? ਤੁਸੀਂ ਬਾਰ ਬਾਰ ਇਹਨਾਂ ਨੂੰ ਨੇੜੇ ਨਾ ਲਾ ਦਿਓ। ਨੌਜਵਾਨਾਂ ਦਾ ਇਹ ਰੋਸ ਸੀ ਕਿ ਅਸੀਂ ਝੰਡਾ ਚੱਕਣ ਨੂੰ ਤਿਆਰ ਹੈ, ਪਰ ਕਿਤੇ ਇਹ ਨਾ ਹੋਵੇ ਕੱਲ ਨੂੰ ਫੇਰ ਇਹ ਨਾਲ ਵਾਲੇ ਕੁਰਸੀਆਂ ਤੇ ਬੈਠੇ ਹੋਣ। ਕੀ ਕਹਿਣਾ ਸੀ ਸੁਖਬੀਰ ਬਾਦਲ ਦਾ? ਕਿਉਂਕਿ ਯੂਥ ਹੁਣ ਐਕਸ਼ਨ ਦੇ ਵਿੱਚ ਆ, ਯੂਥ ਐਕਸ਼ਨ 'ਚ ਹੈ, ਸਪਸ਼ਟ ਹੈ ਕਿ ਜਿਹੜੇ ਇਹ ਲੋਕਾਂ ਨੇ ਅੰਦਰ ਚਿਹਰੇ ਕੁਝ ਹੋਰ ਨੇ, ਬਾਹਰ ਚਿਹਰੇ ਕੁਝ ਹੋਰ ਨੇ, ਹੁਣ ਅਸੀਂ ਛੱਡਾਂਗੇ ਨਹੀਂ, ਅਸੀਂ ਸਪਸ਼ਟ ਹੈ, ਅਸੀਂ ਲੀਕ ਖਿੱਚ ਕੇ ਇਕੱਲੇ ਇਕੱਲੇ ਦਾ ਕਿਰਦਾਰ ਨੰਗਾ ਕਰਾਂਗੇ, ਇਕੱਲੇ ਇਕੱਲੇ ਦੀ ਜਿਹੜੀ ਗੱਲਬਾਤ ਆ ਉਹ ਸਾਰੀ ਸੰਗਤ ਦੇ ਸਾਹਮਣੇ ਲਿਆਵਾਂਗੇ, ਕਿਉਂਕਿ ਹਾਲਾਤ ਇਹੋ ਜਿਹੇ ਨੇ। ਇਹ ਕਹਿੰਦੇ ਨੇ ਕਿ ਅਸੀਂ ਪਾਰਟੀ ਹਾਰ ਗਈ, ਮੈਂ ਇੱਕ ਤਾਂ ਨਾਂ ਲੈ ਕੇ ਕਹਿੰਦਾ, ਚੰਦੂ ਮਾਜਰਾ ਸਾਹਿਬ ਨੂੰ ਇਹ ਪੁੱਛੋ, ਨੌਜਵਾਨ ਪੁੱਛ ਰਹੇ ਸੀ ਅੰਦਰ, ਗੱਲ ਵੀ ਚੱਲਦੀ ਸੀ, ਸਾਰੀ ਉਮਰ 'ਚ ਇੱਕ ਵਾਰ MLA ਬਣੇ ਨੇ, ਅਤੇ ਇਹ ਕਹਿੰਦੇ ਬਣੇ ਆਨੰਦਪੁਰ ਸਾਹਿਬ ਤੋਂ, ਯਾਰ 2 ਵਾਰ MP ਬਣ ਗਏ, ਇੱਕ ਵਾਰ MLA ਬਣੇ, ਇਲੈਕਸ਼ਨਾਂ ਕਿੰਨੇ ਲੜੀਆਂ, ਜੇ ਤੁਸੀਂ 25 ਇਲੈਕਸ਼ਨਾਂ ਲੜ ਕੇ 3 ਜਿੱਤ ਕੇ ਕਹੋ ਕਿ ਮੈਂ ਜ਼ਿਆਦਾ ਵੱਡਾ ਲੀਡਰ ਹੈ, ਅਤੇ ਪਾਰਟੀ ਜੇ 4 ਚੋਣਾਂ ਹਾਰ ਗਈ ਤਾਂ ਹੁਣ ਮੈਂ ਪਾਰਟੀ ਕਰਕੇ ਹਾਰ ਗਿਆ, ਮਨ ਚਾਹੇ ਹਲਕੇ ਲਏ, 7 ਜੇ ਤੁਸੀਂ ਉਂਗਲ ਰੱਖ ਕੇ ਹਲਕਾ ਲਿਆ ਲਹਿਰਾ ਗਾਗਾ, 12 ਜੇ ਤੁਸੀਂ ਉਂਗਲ ਰੱਖ ਕੇ ਹਲਕਾ ਲਿਆ ਕਿ ਮੈਨੂੰ ਤਾਂ ਫਤਿਹਗੜ੍ਹ ਸਾਹਿਬ ਚਾਹੀਦਾ, ਉਹ ਅੱਜ ਜਿਹੜੇ ਜਿਹੜੇ ਪਰਿਵਾਰਾਂ ਨੂੰ ਨਾਲ ਨਹੀਂ ਉੱਥੇ ਬੈਠੇ ਸੀ, ਟੌੜਾ ਸਾਹਿਬ ਦਾ ਪਰਿਵਾਰ, ਹੋਰ ਦੂਜੇ ਤੀਜੇ ਪਰਿਵਾਰ ਜਿਹੜੇ ਸਤਿਕਾਰਯੋਗ ਨੇ, ਚਲੋ ਪੁਰਾਣੇ ਬੈਠੇ ਸੀ ਨਾਲ, ਅੱਧਿਆਂ ਨੂੰ ਮਾਰਨ ਵਾਲੇ ਤਾਂ ਇਹ ਨੇ, ਟੌੜਾ ਸਾਹਿਬ ਦੇ ਨਾਲ ਰਹਿ ਕੇ ਇਹਨਾਂ ਨੇ ਕੀ ਕੁਝ ਉਹਨਾਂ ਦੇ ਡੰਗ ਮਾਰਿਆ, ਹਲੇ ਤਾਂ ਨਾ ਇਹਨਾਂ ਦੇ ਜਿਹੜੇ ਨਾਲ ਬੈਠੇ ਸੀ ਨਾ ਉਹਨਾਂ ਦੇ ਵੀ ਫੋਨ ਆਉਂਦੇ ਨੇ ਕਿ ਇਹ ਹੁਣ ਅੱਗੇ ਹੋ ਗਿਆ, ਇੱਥੇ ਇਹਦਾ ਭੋਗ ਪਾ ਕੇ ਜਾਊਗਾ। ਸੋ ਕਹਿਣ ਦਾ ਮਤਲਬ ਇਹ ਹੈ, ਨਹੀਂ ਜਦੋਂ ਅਕਾਲੀ ਦਲ ਦੇ ਯੂਥ ਨੇ ਕਿਹਾ ਕਿ ਹੁਣ ਇਹਨਾਂ ਨੂੰ ਨੇੜੇ ਨਾ ਲਾਈਓ, ਜਿਹਨੇ ਨੇੜੇ ਲਾਇਆ ਅਸੀਂ ਪਿੱਛੇ ਹਟ ਜਾਵਾਂਗੇ, ਫਿਰ ਸੁਖਬੀਰ ਬਾਦਲ ਦਾ ਕੀ ਕਹਿਣਾ ਸੀ? ਬਿਲਕੁਲ ਸਪਸ਼ਟ ਸੀ ਕਿ ਪਾਰਟੀ ਹੁਣ ਇਹ ਤੈਅ ਕਰ ਚੁੱਕੀ ਆ ਕਿ ਜਿਹਨੇ ਭਾਈ ਜੇ ਹਲੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਪਾਰਟੀ ਦੇ ਨਾਲ ਚੱਲਣਾ, ਕਿਉਂਕਿ ਹਲੇ ਕਿਸੇ ਨੂੰ ਕੱਢਿਆ ਨਹੀਂ ਗਿਆ, ਹਲੇ ਕੋਈ ਇੱਦਾਂ ਦਾ ਐਕਸ਼ਨ ਨਹੀਂ ਲਿਆ ਗਿਆ, ਹਲੇ ਉਹਨਾਂ ਨੇ ਪਾਰਟੀ ਜੇ ਤਾਂ ਹੁਣ ਆਪਣੀ ਪਾਰਟੀ ਬਣਾ ਲੈਂਦੇ ਨੇ ਤਾਂ ਗੱਲ ਹੀ ਖਤਮ ਹੈ। ਪਰ ਜਿਹੜੇ ਬੰਦੇ ਵਾਰ ਵਾਰ ਡੰਗ ਮਾਰਦੇ ਨੇ ਉਹਨਾਂ ਬਾਰੇ ਵਾਰ ਵਾਰ ਯੂਥ ਨੇ ਗੱਲ ਕਹੀ ਹੈ ਕਿ ਯੂਥ ਐਕਸ਼ਨ 'ਚ ਹੈ, ਯੂਥ ਨੌਜਵਾਨ ਤਿਆਰ ਨੇ। ਹੁਣ ਇੱਕ ਗੱਲ ਦੱਸੋ, ਬਹੁਤਾ ਕਹਿੰਦੇ ਕਿ ਸਿੰਬਲ ਵੀ ਸਾਡਾ ਵੀ ਸਾਡਾ, ਬੈਠਾਂਗੇ ਵੀ ਇੱਥੇ, ਉਹ ਤਾਂ ਇਸ ਗੱਲ ਦਾ ਜ਼ਿਕਰ ਕਰ ਰਹੇ, ਇਹਨਾਂ ਨੇ ਠੀਕ ਕਰ ਲਿਆ। ਮੈਂ ਹੁਣ ਵਾਲਾ ਉਹ ਭਾਸ਼ਾ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿ ਸਾਰੀ ਉਮਰ ਤੁਸੀਂ ਅਕਾਲੀ ਦਲ ਤੋਂ ਲੈ ਕੇ ਨਜ਼ਾਰੇ, ਜਦੋਂ ਲੋੜ ਆਉਂਦੀ ਹੈ ਉਦੋਂ ਤੁਸੀਂ ਡੰਗ ਮਾਰ ਲਾ ਜਾਂਦੇ ਹੋ, ਹੁਣ ਨਵਿਆਂ ਨੂੰ ਆਉਣ ਦਿਓ, ਦੇਣ ਦਿਓ ਮੌਕਾ, ਤੁਸੀਂ ਬੈਠ ਕੇ ਹੁਣ ਸਭ ਨਜ਼ਾਰੇ ਲਓ, ਰੱਬ ਦਾ ਨਾਂ ਲਓ, ਘਰੇ ਬੈਠ ਕੇ ਯਾਤਰਾ ਯੁਤਰਾ ਕਰੋ, ਹੁਣ ਨੌਜਵਾਨਾਂ ਨੂੰ ਆਉਣ ਦਿਓ ਕਿ ਆਹ ਧੀ ਆ ਜਿਹੜੇ ਆਹ ਨੌਜਵਾਨ ਫਿਰਦੇ ਨੇ, ਧੀ ਆਮ ਘਰਾਂ ਦੇ ਧੀ ਪੁੱਤ, ਇਹਨਾਂ 'ਚ ਕਿਹੜੀ ਕਮੀ ਆ ਬਈ? ਜਿਹੜੀ ਮਨਜਿੰਦਰ ਸਿਰਸਾ ਵਿਕਰਮ ਮਜੀਠੀਆ ਦੀ ਖਾਮੋਸ਼ੀ 'ਤੇ ਸਵਾਲ ਚੁੱਕ ਰਹੇ ਨੇ, ਕਹਿੰਦੇ ਕਿ ਚਰਚਾ ਇਹ ਹੈ ਕਿ ਇਹਨਾਂ ਦੇ ਪਿੱਛੇ ਵਿਕਰਮ ਮਜੀਠੀਆ ਹੋ ਸਕਦੇ, ਮਨਜਿੰਦਰ ਸਿਰਸਾ ਕਹਿ ਰਹੇ। ਯਾਰ ਮਨਜਿੰਦਰ ਸਿੰਘ ਸਿਰਸਾ ਦਾ ਹੁਣ ਮੈਂ ਕੀ ਕਹਾਂ, ਉਹਨਾਂ ਦਾ ਕੀ ਕਰੈਕਟਰ ਹੈ? ਜਿਹੜੇ ਬੰਦੇ ਨੇ ਸਿੱਖਾਂ ਦੀ ਇੰਨੀ ਸਰਮੌਰ ਸੰਸਥਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ RSS ਦੇ ਥੱਲੇ ਲਾਤੀ,
ਜਿਹੜੇ ਜਿਹੜੇ ਉਹਨੇ ਹਰਿਆਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉੱਥੇ ਜਿਹੜਾ ਕਿਸਾਨਾਂ 'ਤੇ ਡਾਂਗ ਸੋਟੀ ਚੱਲੀ, ਕਿਸਾਨਾਂ 'ਤੇ ਜਿਹੜਾ ਤਸ਼ੱਦਦ ਢਾਇਆ ਗਿਆ, ਉਹ ਫੋਰਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਲੰਗਰ ਛਕਦੀ ਆ, ਰਾਤ ਨੂੰ ਸ਼ਰਾਬ ਦੀਆਂ ਬੋਤਲਾਂ ਬੀੜੀਆਂ ਜਰਦੇ ਪੰਜੋਖਰਾ ਸਾਹਿਬ ਦੇ ਨੇੜੇ ਲੱਗਦੇ ਪਿੰਡਾਂ ਦੀ ਸੰਗਤ ਜਾ ਕੇ ਫੜਦੀ ਆ, ਉਹਦੇ ਬਾਰੇ ਤਾਂ ਕਦੇ ਸਿਰਸਾ ਸਾਹਿਬ ਬੋਲੇ ਨਹੀਂ, ਉੱਥੇ ਤਾਂ ਆਵਾਜ਼ ਨਹੀਂ ਨਿਕਲਦੀ। ਜਿਹੜੀ ਆਰਐਸ ਅਤੇ ਬੀਜੇਪੀ ਦੀ ਸਿੱਧੀ ਦਖਲਦਾਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਕਰ ਰਹੇ ਨੇ, ਉਹਨਾਂ ਬਾਰੇ ਤਾਂ ਕਦੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਨਹੀਂ ਆਇਆ। ਅਤੇ ਇੱਥੇ ਲੈ ਕੇ ਨਜ਼ਾਰੇ ਉਸ ਲਈ ਸਰਕਾਰਾਂ 'ਚ ਖਾ ਕੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਇਹ ਲੋਕ ਚੰਗਾ ਹੋਇਆ ਇਹਨਾਂ ਤੋਂ ਖੜਾ ਛੁੱਟਿਆ। ਲੇਕਿਨ ਮਜੀਠੀਆ ਸਾਹਿਬ ਕਿੱਥੇ ਨੇ, ਉਹਨਾਂ ਦੀ ਖਾਮੋਸ਼ੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀ, ਉਹਨਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਇਸ ਜਦੋਂ ਔਖਾ ਫੇਸ ਹੈ ਉਹਨਾਂ ਨੂੰ ਜਰਨੈਲ ਨੇ ਤਾਂ ਫਿਰ ਜਰਨੈਲ ਦਾ ਕੰਮ ਹੈ ਅੱਗੇ ਲੀਡ ਕਰਨਾ, ਜਰਨੈਲ ਕਿੱਥੇ ਨਜ਼ਰ ਨਹੀਂ ਆ ਰਹੇ? ਮੈਂ ਕਿਹਾ ਜਰਨੈਲ ਇੱਥੇ ਹੈ ਅਤੇ ਜਰਨੈਲ ਸਾਹਮਣੇ ਜਦੋਂ ਆਉਣਾ ਫਿਰ ਉਹਦਾ ਸਟਾਈਲ ਇੱਕ। ਮਜੀਠੀਆ ਸਾਹਿਬ ਮੇਰੀ ਕੱਲ੍ਹ ਉਹਨਾਂ ਨਾਲ ਗੱਲ ਹੋਈ ਸੀ, ਤੁਸੀਂ ਪੁੱਛਿਆ ਉਹਨਾਂ ਨੂੰ ਕਿ ਤੁਹਾਡੀ ਖਾਮੋਸ਼ੀ 'ਤੇ ਸਵਾਲ? ਮੇਰੀ ਗੱਲ ਹੋਈ ਉਹਨਾਂ ਨਾਲ, ਉਹ ਕਹਿੰਦੇ ਕੋਈ ਨਹੀਂ ਮੈਂ ਕਰ ਰਿਹਾ ਸਮਾਨ ਇਕੱਠਾ, ਅਤੇ ਫਿਰ ਤੁਹਾਨੂੰ ਪਤਾ ਵੀ ਉਹ ਫਿਰ ਕੱਚੇ ਤੱਥਾਂ ਨਾਲ ਨਹੀਂ ਕਈ ਵਾਰੀ ਬੋਲਦੇ, ਅਸੀਂ ਤਾਂ ਚੱਕ ਚੁੱਕ ਦਿੰਦੇ ਹਾਂ ਕੰਮ ਵੀ, ਕੋਈ ਗੱਲ ਨਹੀਂ ਆਓ ਸਾਹਮਣੇ। ਜਦੋਂ ਤੁਸੀਂ ਕਿਹਾ ਕਿ ਤੁਸੀਂ ਸਾਹਮਣੇ ਨਹੀਂ ਆ ਰਹੇ, ਖਾਮੋਸ਼ ਹੋ, ਮੈਂ ਇਹ ਨਹੀਂ ਓਪੋਜੀਸ਼ਨ ਵਾਲੇ ਸਵਾਲ ਚੁੱਕ ਰਹੇ ਨੇ, ਤਾਂ ਉਹਨਾਂ ਦਾ ਕੀ ਕਹਿਣਾ ਸੀ, ਮੈਂ ਕਿੱਥੇ ਹਾਂ, ਕਦੋਂ ਆਊਂਗਾ? ਪਰਿਵਾਰ ਨਾਲ ਬਾਹਰ ਸੀ ਕਿਤੇ, ਜਲਦੀ ਆ ਰਹੇ ਨੇ ਅਤੇ ਜਲਦੀ ਇਹੋ ਜਿਹੇ ਖੁਲਾਸੇ ਵੀ ਕਰਨਗੇ। ਸੋ ਇਹਨਾਂ ਨੂੰ ਨੱਠਦਿਆਂ ਨੂੰ ਫਿਰ ਬਾਹਰ ਨਹੀਂ ਥਾਉਣੇ, ਜਗ੍ਹਾ ਨਹੀਂ ਥਾਉਣੀ, ਕਿਉਂਕਿ ਉਹਨਾਂ ਦਾ ਫਿਰ ਆਪਣਾ ਇੱਕ ਸਟਾਈਲ ਆ, ਉਹ ਆਪਣੇ ਸਟਾਈਲ ਨਾਲ ਹੀ ਫਿਰ ਇਹਨਾਂ ਨੂੰ ਜਵਾਬ ਦੇਣਗੇ। ਜਲੰਧਰ ਜ਼ਮੀਨੀ ਚੋਣ ਨੂੰ ਲੈ ਕੇ ਤੁਸੀਂ ਭਗਵੰਤ ਮਾਨ ਹੋਰਾਂ ਦੀ ਮੁੱਖ ਮੰਤਰੀ ਦੀ ਸਟੇਟਮੈਂਟ ਸੁਣੀ ਹੋਣੀ ਹੈ, ਕਹਿੰਦੇ ਕਿ ਹਾਥੀ ਨੂੰ ਸਪੋਰਟ ਕਰ ਰਹੇ ਆਪਣੀ ਤਗੜੀ ਦਾ ਸਿੰਬਲ ਛੱਡ ਕੇ, ਸਵਾਲ ਚੁੱਕੇ ਜਾ ਰਹੇ ਆ ਇਸ ਗੱਲ ਨੂੰ ਲੈ ਕੇ। ਉਹ ਪਹਿਲਾਂ ਹੀ ਸਮਝੌਤਾ ਬਹੁਜਨ ਸਮਾਜ ਪਾਰਟੀ ਨਾਲ ਹੋ ਚੁੱਕਿਆ ਸੀ ਕਿ ਜਿਹੜੀਆਂ ਆ ਜਿਹੜੀਆਂ ਜ਼ਮੀਨੀ ਚੋਣਾਂ ਹੋਣੀਆਂ ਨੇ, ਕੁਝ ਸੀਟਾਂ 'ਤੇ ਅਸੀਂ ਲੜਾਂਗੇ, ਕੁਝ ਸੀਟਾਂ 'ਤੇ ਤੁਸੀਂ ਲੜਾਂਗੇ, ਅਤੇ ਉਹ ਕੈਂਡੀਡੇਟ ਨੂੰ ਵੀ ਪਤਾ ਸੀ, ਪਰ ਇਹ ਜਾਣ ਬੁੱਝ ਕੇ ਜਿਹੜੇ ਬਾਗੀ ਆਗੂ ਨੇ ਇਹਨਾਂ ਨੇ ਜਾਣ ਬੁੱਝ ਕੇ ਇੱਕ ਸ਼ਰੰਤਰ ਰਚ ਕੇ ਉਹ ਪਰਿਵਾਰ ਨੂੰ ਫਸਾਇਆ, ਅਤੇ ਤਾਂ ਹੀ ਮਤਲਬ ਉਹ ਪਰਿਵਾਰ ਤੱਕ ਹਾਲਾਂਕਿ ਪਾਰਟੀ ਨੇ ਮੈਸੇਜ ਭੇਜ ਦਿੱਤਾ ਸੀ ਕਿ ਇਹ ਜਾਣ ਬੁੱਝ ਕੇ ਤੁਹਾਨੂੰ ਤੁਹਾਡੇ ਮੋਢੇ 'ਤੇ ਰੱਖ ਕੇ ਪਾਰਟੀ ਨੂੰ ਹੇਠੀ ਕਰਨ ਦੀ ਇਹ ਕੋਸ਼ਿਸ਼ ਕਰ ਰਹੇ, ਤੁਸੀਂ ਜਾਲ 'ਚ ਨਾ ਫਸੋ। ਪਰ ਉਹ ਮੈਂ ਸਮਝਦਾ ਕਿ ਚਿਹਰਾ ਨੰਗਾ ਆ ਵੀ ਗਿਆ, ਕਾਫੀ ਹੱਦ ਤੱਕ ਆਗੂ ਸਾਹਿਬ ਉਹਨਾਂ ਨੇ ਵਾਰ ਵਾਰ ਇੰਟਰਵਿਊ 'ਚ ਪ੍ਰੈਸ ਕੌਨਫਰੰਸ ਵਿੱਚ ਦੱਸਿਆ ਵੀ ਆ, ਅਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਅੱਗੇ ਲਿਆ ਦਾਂਗੇ। ਉਹ ਵੀ ਕਹਿ ਰਹੇ ਕਹਿੰਦੇ ਕਿ ਅੱਜ ਕੱਲ੍ਹ ਤਾਂ ਜਥੇਦਾਰ ਨੂੰ ਘਰੇ ਬੁਲਾ ਲੈਂਦੇ ਨੇ, ਇਸ ਤਰੀਕੇ ਦਾ ਵੀ ਜ਼ਿਕਰ ਤੁਸੀਂ ਦੇਖੀ ਹੋਣੀ, ਸਟੇਟਮੈਂਟ ਸੁਣੀ ਹੋਣੀ। ਭਗਵੰਤ ਮਾਨ ਨੂੰ ਹੁਣ ਕੀ ਸਟੇਟਮੈਂਟਾਂ ਲਾਉਂਗੇ? ਜਿਹੜੀ ਪਾਰਟੀ ਨੇ 2 ਸਾਲ ਪਹਿਲਾਂ 92 MLA ਜਿੱਤੇ, ਹੁਣ ਤਾਂ ਅੱਜ 3 MP 'ਤੇ ਆ ਗਈ, ਅਤੇ ਜੇ ਮੁੱਖ ਮੰਤਰੀ ਨੂੰ ਜ਼ਮੀਨੀ ਚੋਣ ਲਈ ਜਲੰਧਰ ਕੋਠੀ ਲੈ ਕੇ ਰਹਿਣਾ ਪੈ ਗਿਆ, ਇਹਦਾ ਮਤਲਬ ਫਿਰ ਕਿਤੇ ਨਾ ਕਿਤੇ ਗਲਤ ਤਾਂ ਹੈ ਨਾ ਕੋਈ। ਇਹ ਕਲੀਅਰ ਹੈ ਕਿ ਹੁਣ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਹੀ ਰਹਿਣਗੇ, ਔਰ ਜਿਨ੍ਹਾਂ ਨੇ ਇਹ ਸਾਰਾ ਪੂਰਾ ਇੱਕ ਚਲਾਇਆ ਕਿ ਉਹਨਾਂ ਨੂੰ ਹਟਾਇਆ ਜਾਵੇ, ਉਹ ਪਾਰਟੀ ਤੋਂ ਬਾਹਰ ਜਾਣਗੇ, ਇਹ ਕਲੀਅਰ? ਪਾਰਟੀ ਤੋਂ ਬਾਹਰ ਕਰਨ ਦੀ ਲੋੜ ਹੀ ਨਹੀਂ, ਉਹ ਤਾਂ ਆਮ ਮੰਨੀ ਜਾਂਦੇ ਨੇ ਕਿ ਅਸੀਂ ਭਟਕਰਾ ਚੰਦੂ ਮਾਰਾ ਸਾਹਿਬ, ਤੁਸੀਂ ਬਿਆਨ ਨਹੀਂ ਸੁਣਿਆ, ਬਾਕੀ ਆਗੂਆਂ ਦਾ ਬਿਆਨ ਨਹੀਂ ਸੁਣਿਆ ਕਿ ਅਸੀਂ ਇਹੋ ਜਿਹੇ ਆਗੂ ਦੀ ਭਾਲ ਆ ਕਿ ਜਿਹੜਾ ਕੋਈ ਧਾਰਮਿਕ ਰਾਜਨੀਤਿਕ ਦਾ ਸੁਮੇਲ ਹੋਵੇ। ਇਹ ਸਾਰਾ ਬੀਜੇਪੀ ਅਕਾਲੀ ਦਲ ਬਣੇਗਾ, ਬੀਜੇਪੀ ਸਪੋਂਸਰ ਪ੍ਰੋਗਰਾਮ ਹੈ, ਓਪਰੇਸ਼ਨ ਲੋਟਸ ਹੈ। ਇਹ ਬੜਾ, ਮੈਂ ਇੱਕ ਸੀਨੀਅਰ ਵਕੀਲ ਦਾ ਕਮੈਂਟ ਪੜ੍ਹ ਰਿਹਾ ਸੀ ਕਿ ਇਹ ਜਿਹੜੇ ਆਗੂ ਇੱਕ ਬੀਜੇਪੀ ਦੀ ਸਹਿ 'ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਤੋੜਨ ਦੀ ਮਰੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਪੰਜਾਬ ਲਈ ਅਤੇ ਪੰਥ ਲਈ ਬਹੁਤ ਖਤਰਨਾਕ। ਜੇ ਦਫ਼ਤਰ ਆ ਕੇ ਬਹਿ ਜਾਂਦੇ ਨੇ ਫਿਰ ਟਾਕਰੇ ਵਾਲੀ ਸਥਿਤੀ ਨਹੀਂ ਬਣਦੀ ਤੁਹਾਨੂੰ ਲੱਗਦਾ? ਜਦੋਂ ਕਹਿੰਦੇ ਕਿ ਮੈਂ ਦਫ਼ਤਰ ਬੈਠਾਂਗਾ, ਸਿੰਬਲ ਸਾਡਾ ਵਾ, ਇੱਕ ਪਰਿਵਾਰ ਦਾ ਸਿੰਬਲ ਨਹੀਂ। ਕੌਣ ਕਹਿੰਦਾ ਦਫ਼ਤਰ ਬੈਠੋ? ਚੰਦੂ ਮਾਜਰਾ ਸਾਹਿਬ ਕਹਿੰਦੇ ਘਬਰਾ ਜਾਓ, ਬਹਿ ਜਾਓ, ਕੌਣ ਰੋਕਦਾ ਤੁਹਾਨੂੰ? ਆ ਜਾਓ, ਕੋਈ ਟਾਕਰੇ ਵਾਲੀ ਪੋਜੀਸ਼ਨ ਤਾਂ ਨਹੀਂ ਹੋ ਜਾਣ? ਹੁਣ ਮੇਰੇ ਟਾਕਰਾ ਤਾਂ ਮੈਂ ਕਹਿ ਨਹੀਂ ਸਕਦਾ ਕੁਝ, ਆ ਜਾਣ ਫਿਰ ਉਹ ਜੋ ਪਾਰਟੀ ਦੀ ਪਿੱਠੇ ਚੂਰਾ ਮਾਰ ਕੇ ਨੱਠੇ ਨੇ, ਫਿਰ ਹੁਣ ਇਹ ਤਾਂ ਦਫ਼ਤਰ ਜਾਣੇ ਅਤੇ ਆ ਯੂਥ ਵਿੰਗ ਜਾਣੇ ਵੀ ਕੀ ਕਹੂਗਾ।